फिर हुण की करिए आपां तां अपनी स्कीम च आप ही फस गए। उही तां गल है, तीर पुट्ठा चल गया, इन्हां नूं हुण कह भी नहीं सकदे। हलो होर रे मां ना ना बस बहादुर मिल गया सानू घरे आया थी। हाँ मिल गया थी, खेती बाग गया थी मेरे कोले। वो तो 5000 रुपया लेना थी ना, तो मैं वो फड़ाना है। अच्छा हाँ मैं ला रहा थी साहब गया था भी पैसे देने आया होगा। हाँ हाँ फड़ा गया पैसे वो। भाई जस्से तेरी मासी का फोन आया थी, कहनी मैं 2-4 दिन थोड़े कोले आनी आ। अच्छा हाँ है मासी आउंदी है? हाँ क्यों की गल? ना ना कुछ नहीं कुछ नहीं, मैं तो उही कहा थी। अच्छा चल वधिया है, थोड़ा दुख सुख हो जूगा बेबे। यही तो गल है। होर तीन चार दिन रह के की करना मासी ने, मैं तो नहीं समझ आती। ना फिर की हो जूगा जे तीन चार दिन रह जूगी मासी, तेनू की चक्कर है? जो तेरा कोई रह के जाता मैं तो कदे कहा नहीं। ना ना मेरे कहने का मतलब यह नहीं है, सोनू नहीं पता ये गल का। जो मासी पिछले महीने आई थी ना एक दिन ला के गई थी, मेरी वाली रेल बनाई थी मासी ने, सुखपाल आ बना दे आ बना दे, मैं तो तसली कराती मासी ने। मैं तो करके कहनी हाँ मासी तो कुछ खाण पीण की वाली शौकीन है, तू तो है नहीं तो उदों रे तुम हजूर साहब ने गए थे तीन चार जने, उदों की गल कर दी मैं। अच्छा चल कोई गल नहीं, फिर की हो गया यार जे शौकीन है खाण की? तेनू की पता है गल का, मेरी गर्मी च किन्नी पकाई कराई उन्हें, लोड़ा नहीं गर्मी पैंदी उत्तों, रसोई च बढ़ना सौखा है बारी बारी। वह कुछ नहीं होंदा यार, हूं कहड़ा तू रसोई च बढ़ती नहीं हैगी, नखरे जे नहीं करी दे होंदे, मसां तां दोनों भैणां बरतन लगियां नेगियां किन्ने सालां दियां गुस्से दियां, फिर की होंदा इन्हां गल्लां नाल? उई ना तू वह करिया कर, नन्ना जिहा पाया कर गल च, मैं गां नूं बन्निया मारे। ਲੈ ਅੱਗੇ ਵਰਤਣ ਲੱਗ ਗਈਆਂ, ਮੈਂ ਤਾਂ ਕਹਿੰਦੀ ਗੁੱਸੇ 'ਤੇ ਵਧੀਆ ਤੀ, ਇਹੀ ਜਿਹੀ ਬੋਲਚਾਲ ਕਰਕੇ ਲੈਣਾ ਕੀ ਤੀ, ਬਹੁਤ ਮਾੜੀ ਨੀਤ ਦੀ ਬੁੜੀ ਹੈ, 10 ਰੁਪਏ ਨਹੀਂ ਕੱਢ ਕੇ ਰਾਜੀ, ਭੁੱਖੜ ਹੈ ਸਿਰੇ ਦੀ। ਮਾਸੀ ਆਉਂਦੀ ਹੈ ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ ਹੋਰ ਠੀਕ ਹਾਂ? ਹਾਂ ਠੀਕ ਹੈ। ਬਹਿ ਜਾਓ ਆ ਜਾਓ। ਹੋਰ ਸੁਣਾ ਮਾਸੀ? ਠੀਕ ਹੈ ਪੁੱਤ, ਧੰਨ ਭਾਗ ਸਾਡੇ, ਮੇਰੀ ਭੈਣ ਆ ਗਈ। ਹੋਰ ਭੈਣੇ ਠੀਕ ਹੈ? ਹਾਂ ਠੀਕ ਹੈ ਭੈਣੇ, ਤੂੰ ਸੁਣਾ? ਠੀਕ ਹੈ ਵਧੀਆ। ਲੈ ਪੈ ਜਾਓ ਮੈਂ ਪਾਣੀ ਦੇ ਕੇ ਆਉਂਦੀ ਹਾਂ। ਹੋਰ ਠੀਕ ਠਾਕ ਹੈ ਸਾਰੇ? ਹਾਂ ਸਾਰੇ ਠੀਕ ਹੈ ਭੈਣੇ। ਬਸ ਰੋਕ ਲਈ ਤੀ ਭੈਣੇ ਉਰੇ? ਨਹੀਂ ਕਾਹਦਾ ਰੋਕ ਲਈ ਤੀ ਭੈਣੇ, ਰੁੜ ਜਾਣਾ ਕਹਿੰਦਾ ਇਹ ਨਹੀਂ ਰੁਕਦੀ ਮਾਤਾ, ਬਸ ਇਹ ਤਾਂ ਅੱਡੇ ਤੇ ਰੁਕੂ, ਜਦੋਂ ਮੈਂ ਹੋ ਗਈ ਗਰਮ ਉਹਦੀ ਪਿਸਲ ਮਾਰਤੀ, ਉੱਤਰ ਜਾ ਬੇਬੇ ਕਹਿੰਦਾ। ਅੱਛਾ ਹੋਰ ਲਿਆ ਪੁੱਤ? ਤੈਨੂੰ ਮੇਰੇ ਸੁਭਾਅ ਦਾ ਪਤਾ ਤਾਂ ਹੈਗਾ ਭੈਣੇ। ਹਾਂ ਹਾਂ ਸੁਖਪਾਲ ਐਂ ਕਰੀ ਪੁੱਤ, ਗਰਮੀ ਹੈਗੀ ਹੈ ਬਾਹਲੀ, ਚਾਹ ਨਾ ਕਰੀ ਮੇਰੀ ਤੀ, ਆਪਣੇ ਘਰੇ ਉਹ ਪਿਆ ਹੋਊਗਾ ਕੋਕਾ ਕੋਲਾ, ਜਾ ਠੰਡਾ ਜਾ। ਨਾ ਮਾਸੀ ਉਹ ਤਾਂ ਨਹੀਂ ਹੈਗਾ, ਨਿੰਬੂ ਤਾਂ ਪਏ ਨੇ। ਨਹੀਂ ਨਿੰਬੂ ਕੀ ਕਰਨੇ ਨੇ, ਕਿੱਧਰ ਤੂੰ ਨਿਚੋੜਦੀ ਫਿਰੇਂਗੀ, ਜੱਸਾ ਹੈ ਨਹੀਂ ਘਰੇ? ਨਾ ਮਾਸੀ ਉਹ ਤਾਂ ਹੈ ਨਹੀਂ ਘਰੇ, ਖੇਤ ਗਿਆ ਹੈ। ਫਿਰ ਪੁੱਤ ਬਣ ਕੇ ਐਂ ਕਰ, ਤੂੰ ਹੀ ਕਰ ਹਿੰਮਤ, ਭੱਜ ਕੇ ਫੜ ਲਿਆ ਦੁਕਾਨ ਤੋਂ। ਦੁਕਾਨ ਤੋਂ ਮਾਸੀ? ਮੈਂ ਤਾਂ ਕਦੇ ਗਈ ਨਹੀਂ ਦੁਕਾਨ ਤੇ। ਲੈ ਪੁੱਤ ਐਂ ਕੀ ਹੁੰਦਾ? ਨਾ ਭੈਣੇ ਇਹ ਤਾਂ ਕਦੇ ਗਈ ਨਹੀਂ ਦੁਕਾਨ ਤੇ। ਕੁੜੇ ਗਵਾਂਢ ਚੋਂ ਕਿਸੇ ਜਵਾਕ ਨੂੰ ਭੇਜ ਦੇ, ਮੇਰਾ ਤਾਂ ਖੱਟਾ ਜਾਂ ਕੋਕਾ ਕੋਲਾ ਪੀਣ ਨੂੰ ਜੀ ਕਰੀ ਜਾਂਦਾ ਸੱਚੀ। ਖੱਟਾ ਇਹਦਾ ਫੈਂਟਾ ਹੁੰਦਾ ਮਾਸੀ ਜਾਂ ਮਰਿੰਡਾ ਹੁੰਦਾ? ਹਾਂ ਹਾਂ ਉਹੀ, ਕਿਸੇ ਜਵਾਕ ਨੂੰ ਭੇਜ ਦੇ ਮੰਗਾ ਦੇ। ਅੱਛਾ ਭੇਜ ਦੇ ਸੁਖਵਾਲ ਕਿਸੇ ਜਵਾਕ ਨੂੰ? ਕਿਹੜੇ ਜਵਾਕ ਦੇ ਹਾੜੇ ਕੱਢੂ, ਮੈਂ ਜਵਾਕ ਕਿੱਥੇ ਆਖੇ ਲੱਗਦੇ ਨੇ, ਮੈਂ ਤਾਂ ਇਸੇ ਨੂੰ ਕਰਦੀ ਹਾਂ ਫੋਨ, ਆ ਕੇ ਫੜਾ ਜੂਗਾ ਆਪੇ ਖੇਤੋਂ। ਚੰਗਾ ਕਰਦੇ ਹੈਲੋ। ਮੇਰੀ ਗੱਲ ਸੁਣ, ਮਾਸੀ ਆ ਗਈ, ਉਹ ਠੰਡਾ ਮੰਗਦੀ ਹੈ ਫੈਂਟਾ, ਤੈਨੂੰ ਫੜਾ ਕੇ ਜਾਣਾ ਪਊਗਾ। ਉਹ ਮੈਂ ਕਿੱਥੋਂ ਫੜਾ ਜੂੰਗਾ ਯਾਰ, ਲੈ ਸਾਨੂੰ ਕੰਮ ਥੋੜ੍ਹੇ ਨੇ ਉਰੇ, 2 ਕਿੱਲਿਆਂ 'ਚ ਤਾਂ ਰੇਹ ਸਿੱਟਿਆ, ਹੁਣ ਮਾੜਾ ਮੋਟਾ ਸਾਹ ਤਾਂ ਲੈ ਲਈਏ। ਕਮਾਲ ਹੋਈ ਪਈ ਹੈ ਤੇਰੇ ਕੋਲ ਵੀ ਜਮੀ, ਨਿੰਬੂ ਪਾਣੀ ਪਿਆ ਦੇ। ਪੁੱਛਿਆ ਤੀ ਮੈਂ, ਕਹਿੰਦੀ ਉਹ ਨਹੀਂ ਪੀਂਦੀ, ਮੈਂ ਤਾਂ ਉਹੀ ਪੀਊਂਗੀ, ਤੈਨੂੰ ਫੜਾ ਕੇ ਜਾਣਾ ਪਊਗਾ ਫੈਂਟਾ, ਕਹਿੰਦੀ ਮੇਰਾ ਤਾਂ ਖੱਟਾ ਜਿਹਾ ਕੋਕਾ ਕੋਲਾ ਪੀਣ ਨੂੰ ਜੀ ਕਰਦਾ, ਆ ਜਾ ਹੁਣ ਭੱਜ ਕੇ ਫੜਾ ਜਾ। ਕਮਾਲ ਹੈ ਯਾਰ, ਕਮਾਲ ਤਾਂ ਹਜੇ ਹੋਊਗੀ, ਦੇਖੀ ਚੱਲੀ ਤੂੰ। ਚੱਲ ਆਉਣਾ ਚੰਗਾ, ਬਿੰਦੀ ਤੂੰ ਇੱਥੇ ਖੜ ਜਾ ਯਾਰ, ਮੈਂ ਚੰਗਾ ਮਾਸੀ ਆ ਰਹੀ ਆ ਘਰੇ, ਮੈਂ ਜਾ ਆਵਾਂ ਮਾੜਾ ਜਿਹਾ।
ਮੁੜੇ ਫੜਾ ਕੇ ਆਉਣਾ ਸਮਾਨ ਜਾ ਯਾਰ ਠੀਕ ਹੈ ਜੀ ਠੀਕ ਹੈ ਜਾ ਹਾਂ ਨਿਗਾਹ ਰੱਖੀ ਚੰਗਾ ਠੀਕ ਹੈ ਜੀ ਫੇਰ ਕਰਦੇ ਹਾਂ ਮੈਂ ਛੇਤੀ ਆ ਜਾਊਂਗਾ ਹੋਰ ਪਾਸੇ ਠੀਕ ਸੀ ਸਾਰੇ ਹਾਂ ਸਾਰੇ ਠੀਕ ਸੀ ਪੁੱਤ ਆ ਤਾਂ ਤੂੰ ਬਾਲੀ ਵਧੀਆ ਕਰਿਆ ਠੰਡ ਜੀ ਪੈ ਗਈ ਕਾਲ ਜੇ ਕੋਈ ਨਾ ਕੋਈ ਨਾ ਸੁਖਪਾਲ ਪੁੱਤ ਹੁਣ ਤੂੰ ਐਂ ਕਰੀ ਚਾਹ ਨਾ ਹਜੇ ਬਣਾਈ 20 ਮਿੰਟ ਚੰਗਾ ਨਾਲੇ ਤੂੰ ਪੂਜੇ ਭਾਜੀ ਦੀ ਖੇਚਲ ਨਾ ਕਰੀ ਬਿਸਕੁਟ ਲੈ ਆਈ ਉਹ ਜਿਹੜੇ ਬਦਾਮ ਜੇ ਨੀ ਉਹਦੇ ਵਿੱਚ ਲੱਗੇ ਹੋਏ ਕਾਜੂ ਜੇ ਬਦਾਮ ਜੇ ਉਹ ਬਿਸਕੁਟ ਮੰਗਾ ਲਈ ਪੂਜੇ ਭਾਜੀ ਨਾ ਲੈ ਮੇਰੇ ਪੁੱਤ ਚੰਗਾ 20 ਮਿੰਟ ਠਹਿਰ ਜਾ ਠੀਕ ਹੈ ਫਿਰ ਉਹ ਬਿਸਕੁਟ ਜੇ ਹੀ ਫੜਾਏ ਜਾਈ ਰੱਖ ਦੇ ਹੱਥ ਕੋਈ ਗੱਲ चल फिर तर लू चाहे गेहूं बिस्कुट जसे पुत मेरी दवाई लिया मैं तेन दसना ही भुल गई मेरी दवाई मुक्की पी है पुत अच्छा और चल कोई ना मैं जाऊंगा डेकनी ले दूंगा हां ले दी पुत दवाई तो मेरी भी मुक्की पई है मैं ले के देनी है तेन पर्ची ले आ दी इनू भी ले आ ले बेटे ले पुत पर्ची 15-20 दिन की लियाई वाली की लोड़ ही नहीं हैगी सस्ती हुई है यह दवाई नाले पुत मेरी होर गल सुन तू हाँ जी डॉक्टर ने मैनू फ्रूट दसे इस दवाई नाल खाना अच्छा 2 किलो तो लियाई बेटे सेब ते अंब तू ऐ करी 1.5 किलो ही लियाई ठीक ਮੈਨੂੰ ਤਾਂ ਮਾਸੀ ਤੇ ਹੈਰਾਨੀ ਹੋਈ ਜਾਂਦੀ ਹੈ ਯਾਰ ਇਹ ਤਾਂ ਮਾੜਾ ਮੋਟਾ ਵੀ ਨਹੀਂ ਸੋਚਦੀ ਹੈਗੀ ਮੈਥੋਂ ਦਵਾਈ ਮੰਗਾ ਲਈ ਲੈ 1400 ਰੁਪਏ ਦੀ ਦਵਾਈ ਆਈ ਹੈ ਬੇਬੇ ਨੇ ਮੈਨੂੰ ਬਾਜ ਮਾਰ ਲਈ ਮੈਨੂੰ ਕਹਿੰਦੀ ਦਵਾਈ ਲਿਆ ਦੀ ਮੇਰੀ ਮੁੱਕੀ ਪਈ ਹੈ ਮਾਗਰੀ ਮਾਸੀ ਨੇ ਕਹਿਤਾ ਕਿ ਮੇਰੀ ਵੀ ਦਵਾਈ ਖਤਮ ਹੋਣ ਵਾਲੀ ਹੈ ਮੈਨੂੰ ਵੀ ਲਿਆ ਦੀ ਨਾ ਬੰਦਾ ਮੂਹਰੋਂ ਕੁਛ ਕਹਿਣ ਜੋਗਾ 1400 ਰੁਪਏ ਦੀ ਆਈ ਹੈ ਪੂਰਿਆਂ ਦੀ ਅੱਛਾ ਮੈਂ ਤੈਨੂੰ ਕੀ ਕਿਹਾ ਤੀ ਉਹ ਤਾਂ ਮੇਰੀ ਗੱਲ ਦਾ ਤੈਨੂੰ ਗੁੱਸਾ ਲੱਗਿਆ ਗੱਲ ਕਰ ਤੂੰ ਪਿਛਲੀ ਵਾਰੀ ਹੈ ਨਹੀਂ ਤੀ ਘਰੇ ਤਾਂ ਬਚ ਗਿਆ ਮੈਨੂੰ ਤਾਂ ਬਹੁਤ ਦੁਖੀ ਕਰਿਆ ਤੀ ਇਹਨੇ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਤੀ ਮੰਨ ਗਿਆ ਯਾਰ ਮੈਂ ਤੇਰੀ ਗੱਲ ਇਹ ਤਾਂ ਹੋਰ ਹੀ ਹਿਸਾਬ ਦੀ ਬੁੜੀ ਆ ਯਾਰ ਆ ਕੇ ਮੈਂ ਬਹਾਨੇ ਨਾਲ ਦੱਸਿਆ ਵੀ ਮੈਂ ਕਿਹਾ ਬੇਬੇ ਤੇਰੀ 800 ਦੀ ਆਈ ਹੈ ਤੇਰੀ ਮਾਸੀ ਮੈਂ ਕਿਹਾ 1400 ਦੀ ਆਈ ਹੈ ਕੀਰਾਂ ਵੀ ਜਵਾਨ ਚੋਂ ਆਏ ਨਹੀਂ ਸਾਰਿਆ ਮੂਹਰੋਂ ਵੀ ਐਂ ਕਹਿੰਦੇ ਮੈਂ ਦੇਵਾਂਗੀ ਤੈਨੂੰ ਪੈਸੇ ਹਜੇ ਮੂਹਰੋਂ ਕਹਿੰਦੀ ਹੈ ਕਿ ਉਹਨੂੰ ਐਂ ਪੁੱਛ ਲੈਂਦਾ ਵੀ ਉਹੀ ਕੰਪਨੀ ਦੀਆਂ ਗੋਲੀਆਂ ਨੇ ਇਹ ਅੱਛਾ ਬਸ ਫਿਰ 1400 ਰੁਪਏ ਤਾਂ ਭੁੱਲ ਜਾ ਤੂੰ ਗੱਲ 1400 ਰੁਪਏ ਦੀ ਨਹੀਂ ਹੈਗੀ ਯਾਰ ਗੱਲ ਤਾਂ ਚਲਾਕੀ ਦੀ ਹੈ ਤੇ ਹੋਰ ਕੱਲ ਤਾਂ ਹੋਰ ਦੇਖ ਲੈ ਕੀ ਕੁਸ ਮੰਗਾਈ ਜਾਂਦੀ ਹੈ ਖੜੀ ਹੋਰ ਸੁਣ ਲੈ ਹਾਂ ਹਾਂ ਸੇਬ ਮੰਗਾ ਲੈ ਅੱਛਾ ਅੰਬ ਮੰਗਾ ਲੈ 340 ਉਹਨਾਂ ਤੇ ਲੱਗੇ ਪੂਰਾ 1800 ਰੁਪਇਆ ਲੱਗਿਆ ਮੇਰਾ ਚੱਲ ਕਰ ਲੈ ਮਾਸੀ ਦੀ ਸੇਵਾ ਹੈ ਤਾਂ ਦੇਖੀ ਚੱਲੀ ਤੂੰ ਗਾਹਾਂ ਕੀ ਹੁੰਦਾ ਮੈਨੂੰ 1 ਮਿੰਟ ਟਿਕ ਕੇ ਬੈਠਣ ਦੀ ਦਮ ਨਹੀਂ ਲੈਣ ਦੀ ਮੈਂ ਤਾਂ ਜਵੇਂ ਕਦੇ ਕਦੂ ਕੇ ਖੀਰ ਬਣਾ ਦੇ ਕਦੇ ਪੂੜੇ ਬਣਾ ਦੇ ਕਦੇ ਕੜਾਹ ਬਣਾ ਦੇ ਕਦੇ ਆਹ ਬਣਾ ਦੇ ਕਦੇ ਆਹ ਬਣਾ ਦੇ ਉਹੀ ਤਾਂ ਗੱਲ ਹੈ ਯਾਰ ਚਲੋ ਆਉਂਦੀ ਹੈ ਸੁਖਪਾਲ ਪੁੱਤ ਹਾਂ ਮਾਸੀ ਮੌਸਮ ਬਲਾਈ ਠੰਡਾ ਜੇ ਹਾਂ ਠੰਡਾ ਹੈ ਬੜਾ ਹੀ ਵਧੀਆ ਮੌਸਮ ਹੈ ਤੂੰ ਬ੍ਰੈਡ ਪਕੌੜੇ ਜੇ ਬਣਾ ਲੈਂਦੀ ਕੋਈ ਗੱਲ ਨਹੀਂ ਮਾਸੀ ਬਣਾ ਲੈਣੀ ਆ ਹਾਂ ਪੁੱਤ ਹਾਂ ਜੱਸੇ ਪੁੱਤ ਫੜ ਲਿਆ ਫਿਰ ਬ੍ਰੈਡ ਚਾਹ ਨਾਲ ਖਾ ਲਾਂਗੇ ਫੜ ਲਿਆ ਬੇਟੇ ਤੂੰ ਫੜ ਲਿਆ ਫੜ ਲਿਆ ਮੋਟਰਸਾਈਕਲ ਲੈ ਜਾ
जमण का लौंगा बड़ी बैठी मैं तो ऐ नहीं समझ आती मैं करा कि ढिड कटोआ ए ਹੋਰ ਯਾਰ 15 ਮਿੰਟਾਂ ਬਾਅਦ ਹੀ ਭੁੱਖ ਲੱਗੇ ਹੁੰਦੀ ਹੈ ਮਾਸੀ ਨੂੰ ਮੈਂ ਤਾਂ ਇੰਨਾ ਖਾਂਦਾ ਕਦੇ ਬੰਦੇ ਨਹੀਂ ਦੇਖਿਆ ਕੋਈ ਭੁੱਖ ਤਾਂ ਜਿਹੜੀ ਲੱਗਦੀ ਹੈ ਲੱਗਦੀ ਹੈ ਪਰ ਇਹਦੀ ਨੀਤ ਮਾੜੀ ਹੈ ਮੈਂ ਤਾਂ ਇਹ ਦੇਖ ਲਈ ਬਹੁਤ ਚੁਸਤ ਚਲਾਕ ਬੁੜੀ ਹੈ ਇਹ ਆਪਦੀ ਜੇਬ 'ਚ ਤਾਂ ਇਹ 5 ਪੈਸੇ ਨਹੀਂ ਖਰਚਦੀ ਹੋਰ ਯਾਰ ਨੀਤ ਬਹੁਤ ਮਾੜੀ ਹੈ ਜੀ ਤਾਂ ਫਿਰ ਹੋਰ ਕੀ ਨਾ ਮੇਰੀ ਗੱਲ ਸੁਣ 12-12 ਤਾਂ ਇਹ ਰੋਟੀਆਂ ਖਾ ਜਾਂਦੇ ਬੈਠੀ ਥਾਂ ਤੀ ਅੱਧੇ-ਅੱਧੇ ਘੰਟੇ ਬਾਅਦ ਇਹਨੂੰ ਭੁੱਖ ਲੱਗ ਜਾਂਦੀ ਹੈ ਐਂ ਕਿਤੇ ਹੋ ਸਕਦਾ ਹੈ ਨੀਤ ਹੀ ਮਾੜੀ ਹੈ ਫਿਰ ਇਹਦੀ ਸਹੀ ਗੱਲ ਹੈ ਯਾਰ ਫਿਰ ਰੋਜ਼ ਮੀਟ ਭਾਲਦੀ ਹੈ ਜੇ ਮੈਨੂੰ ਅੱਜ ਲਿਆਉਣ ਨੂੰ ਕਿਹਾ ਮੈਂ ਤਾਂ ਕੋਈ ਨਹੀਂ ਲਿਆਉਂਦਾ ਯਾਰ ਬਹਾਨਾ ਮਾਰ ਦੂੰ ਕੋਈ ਹੋਰ ਚੱਲ ਫਿਰ ਹੁਣ ਬ੍ਰੈਡ ਤਾਂ ਲਿਆ ਤਾਂ ਲਿਆਉਣੀ ਪੈਣਗੇ ਜੇ ਤਾਂ ਫਿਰ ਉਦੋਂ ਹੀ ਬਹਾਨਾ ਮਾਰ ਦਿੰਦਾ ਕੋਈ ਪਹਿਲਾਂ ਲਿਆਉਣਾ ਯਾਰ ਦੁਖੀ ਕਰ ਮਾਰਿਆ ਇਹਨੇ ਤਾਂ ਉਹ ਤਾਂ ਕਹਿੰਦੀ ਮੇਰੀ ਮਾਸੀ ਦੇ ਮੱਚਦੀ ਹੈ ਯਾਰ ਤੈਨੂੰ ਕੀ ਕਹਿੰਦੀ ਆ ਉਹ ਮਸਾ ਵਰਤਣ ਲੱਗੀਆਂ ਨੇ ਤਾਂ ਮੋਟਰਸਾਈਕਲ ਲਿਆਉਣਾ ਕੱਢ ਕੇ ਬੇਬੇ ਮੇਰੀ ਗੱਲ ਸੁਣ ਆਪਾਂ ਨੂੰ ਤਾਂ ਬਾਹਲੀ ਦੁਖੀ ਕਰ ਰੱਖਿਆ ਇਹਨੇ ਮੇਰੀ ਜੇਬ 'ਚ 7000 ਰੁਪਇਆ ਸੀਗਾ 2000 ਰੁਪਇਆ ਤਾਂ ਪਹਿਲਾਂ ਸੀਗਾ 5000 ਮੈਨੂੰ ਬਹਾਦਰ ਦੇ ਕੇ ਗਿਆ ਸੀਗਾ ਮੇਰੇ ਕੋਲ 200 ਰੁਪਇਆ ਰਹਿ ਗਿਆ ਹੁਣ ਕੁੱਲ ਸੁਪਾਲ ਦੀ ਤਾਂ ਇਹਨੇ ਤਸੱਲੀ ਕਰਾ ਰੱਖੀ ਹੈ ਸਾਰਾ ਦਿਨ ਰਸੋਈ 'ਚ ਬਾੜੀ ਰੱਖਦੇ ਉਹਨੂੰ ਫਿਰ ਪੁੱਤ ਹੁਣ ਆਪਾਂ ਇਹਨੂੰ ਕਹਿ ਕੀ ਸਕਦੇ ਹਾਂ ਐਂ ਤਾਂ ਮੈਨੂੰ ਪਤਾ ਮੈਂ ਤੇਰੀ ਗੱਲ ਸਮਝ ਗਈ ਬੇਬੇ ਤੈਨੂੰ ਹੁਣ ਕਿਸੇ ਨਾ ਕਿਸੇ ਢੰਗ ਨਾਲ ਤਾਂ ਕਹਿਣਾ ਹੀ ਪਊਗਾ ਫਿਰ ਬੇ ਮੈਂ ਕੀ ਹੁਣ ਕਹਾਂ ਜੱਸੇ ਜੇ ਮੇਰੀ ਕਿਸੇ ਗੱਲ ਦਾ ਗੁੱਸਾ ਕਰ ਗਈ ਕਿੰਨੇ ਸਾਲਾਂ ਬਾਅਦ ਤੋਂ ਤੈਨੂੰ ਪਤਾ ਹੀ ਅਸੀਂ ਬੋਲਣ ਲੱਗੇ ਹਾਂ ਕੀ ਲੈਣਾ ਤੀ ਬੇਬੇ ਇਹ ਜੇ ਬੋਲਣ ਤੂੰ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮਾਸੀ ਆਹ ਹਿਸਾਬ ਕਿਤਾਬ ਦੀ ਹੈ ਹੈਂ ਕੁਛ ਵੀ ਕਰ ਚਾਹੇ ਸਾਡਾ ਖਿਹੜਾ ਛੜਾ ਤੂੰ ਇਹ ਤੋਂ ਕਿਸੇ ਹਿਸਾਬ ਨਾਲ ਤੇ ਤੋਰ ਇਹਨੂੰ ਚੰਗਾ ਚੁੱਪ ਕਰ ਵੇ ਉਹ ਆਉਂਦੀ ਹੈ ਹਾਂ ਭੈਣੇ ਹਾਂ ਭੈਣੇ ਬਹਿ ਜਾ ਮੈਂ ਕਿਹਾ ਅੱਜ ਸੁਖਪਾਲ ਨੂੰ ਕਹਾਂਗੇ ਵੀ ਤਰੀ ਜੀ ਨਾ ਬਣਾਈ ਮੀਟ ਦੀ ਸੁੱਕਾ ਜਿਹਾ ਬਣਾਈ ਹੈ ਨਾ ਜੱਸੇ ਤਰੀ ਵਾਲਾ ਖਾ ਖਾ ਕੇ ਧੱਕੇ ਜੇ ਪਏ ਆ ਹੈ ਨਾ ਹਾਂ ਮਾਸੀ ਉਹ ਤਾਂ ਗੱਲ ਤੇਰੀ ਠੀਕ ਹੈ ਪਰ ਅੱਜ ਇੱਕ ਦਿੱਕਤ ਆ ਗਈ ਕਾਹਦੀ ਉਹ ਜਿਹੜਾ ਸਾਡੇ ਪਿੰਡ ਵਾਲਾ ਚਟਕਈ ਹੈ ਨਾ ਹਾਂ ਉਹ ਸਵਰੀ ਗਿਆ ਹੋਇਆ ਆਪਦੇ ਦੁਕਾਨ ਬੰਦ ਹੈ ਉਹਦੀ ਲੈ ਫਿਰ ਤਾਂ ਕੰਮ ਹੀ ਖਰਾਬ ਹੋ ਗਿਆ ਹੋਰ ਮਾਸੀ ਅੱਜ ਤਾਂ ਦਾਲ ਨਾਲ ਹੀ ਸਾਰਨਾ ਪਊਗਾ ਲੈ ਐ ਕਿਵੇਂ ਦਾਲ ਨਾਲ ਸਾਰ ਲਾਂਗੇ ਲੈ ਸੁਖਪਾਲ ਵੀ ਆ ਗਈ ਹੈ ਸੁਖਪਾਲ ਜੱਸਾ ਕਹਿੰਦਾ ਚਟਕਾ ਹੀ ਤਾਂ ਆਪਦੇ ਸਹੁਰੇ ਗਿਆ ਹੋਇਆ ਮੈਂ ਕਿਹਾ ਅੱਜ ਆਪਾਂ ਪਨੀਰ ਹੀ ਬਣਾ ਲੈਂਦੇ ਹੈ ਨਾ ਦੇਖ ਲੈ ਮਾਸੀ ਮੈਂ ਤਾਂ ਕਹਿੰਦੀ ਦਾਲ ਖਾਦੀ ਨੂੰ ਬਾਅਦ ਚ ਹੋ ਗਿਆ ਜੀ ਜਾ ਕਰ ਦਾਲ ਖਾਣ ਨੂੰ ਵੀ ਦਾਲ ਹੀ ਖਾ ਲਾਂਗੇ ਨਹੀਂ ਰਹਿਣ ਦੇ ਰਹਿਣ ਦੇ ਦਾਲ ਤਾਂ ਸਾਰੀ ਉਮਰ ਹੀ ਖਾਣੀ ਹੈ ਜਿੰਨਾ ਚਿਰ ਮੈਂ ਇੱਥੇ ਰਹਿਨੀ ਆ ਨਾ ਮੈਂ ਤਾਂ ਨਹੀਂ ਤੁਹਾਨੂੰ ਮਾੜੀ ਰੋਟੀ ਖਾਣ ਦਿੰਦੀ ਆ ਜਿਹੜੇ 7-8 ਦਿਨ ਮੈਂ ਹੈਗੀ ਆ ਖਰਾਕ ਫੁੱਲ ਖਵਾਉਂਗੀ ਮੈਂ ਤਾਂ ਤੁਹਾਨੂੰ ਹੈ ਮਾਸੀ 7-8 ਦਿਨ ਹਜੇ ਹੋਰ ਰਹੇਗੀ ਤੂੰ ਤੇ ਹੋਰ ਕੀ ਗੱਲ ਨਾ ਨਾ ਮੈਂ ਤਾਂ ਉਹ ਪੁੱਛਿਆ ਮਾਸੀ ਕੋਈ ਨਾ ਕੋਈ ਨਾ ਤੂੰ ਪੁੱਤ ਫਿਕਰ ਨਾ ਕਰ 1-2 ਦਿਨ ਮੈਂ ਵੱਧ ਹੀ ਲਾ ਕੇ ਜਾਊਂ ਤੇਰਾ ਮਾਨ ਤਾਨ ਤਾਂ ਮੈਂ ਰੱਖੂੰਗੀ ਕੁੜੇ ਕੋਈ ਨਾ ਮਾਸੀ ਇਹਦੇ ਮਾਨ ਤਾਨ ਨੂੰ ਕੀ ਹੋਇਆ ਬੇ ਜਾ ਤੂੰ ਨਾ ਸਾਡੀ ਗੱਲ 'ਚ ਬੋਲ ਆਖਰ ਨੂੰਹ ਹੈ ਮੇਰੀ ਇਹ ਠੀਕ ਹੈ ਬਸ ਫਿਰ ਤੂੰ ਐਂ ਕਰ ਜਾ ਕੇ ਏਡੇ ਤੋਂ ਪਨੀਰ ਫੜ ਲਿਆ ਫੜ ਲਿਆ ਨਾ ਮਾਸੀ ਦੋ ਟਮਾਟਰ ਲਿਆਈ ਵਿੱਚ ਠੀਕ ਹਾਂ ਤਾਂ ਭਾਂਡੇ ਮਾਜਦੀ ਆ ਤੁਸੀਂ ਉਹਨੂੰ ਭਰਾ ਕੇ ਰੱਖਿਆ ਕਰੋਗਾ ਕਈ ਵਾਰੀ ਬੰਦੇ ਨੇ ਜਾਣਾ ਆਉਣਾ ਪੈ ਜਾਂਦਾ ਸੁਖਪਾਲ ਉਰੇ ਆ ਪੁੱਤ ਐਂ ਕਰਦੀ ਥੋੜੇ ਜਿਹੇ ਚੌਲ ਬਣਾ ਲੈ ਲੂਣ ਵਾਲੇ ਪਤਲੇ ਜੇ ਕੱਟ ਕੇ ਆਲੂ ਪਾ ਲਈ ਵਿੱਚ ਠੀਕ ਹੈ ਬਣਾ ਲੈਣੀ ਆ ਹੁਣ ਤਾਂ 9-10 ਰੋਟੀਆਂ ਚੰਮ ਕੇ ਹਟੀ ਆ ਬੁੜੀ ਮੈਨੂੰ ਤਾਂ ਇਹਦੀ ਨਹੀਂ ਸਮਝ ਆਉਂਦੀ ਹੁਣ ਇਹਦਾ ਚੌਲਾਂ ਨੂੰ ਬਿਜੀ ਕਰਿਆ ਆ ਪਾਲ ਪੁੱਤ ਥੋੜਾ ਜਿਹਾ ਦਲੀਆ ਬਣਾ ਮੈਨੂੰ ਡਾਕਟਰ ਨੇ ਆਖਿਆ ਸੀ ਵੀ ਦਲੀਆ ਤਾਂ ਜ਼ਰੂਰ ਖਾਇਆ ਕਰ ਮਾਸੀ ਚੌਲ ਆਪਾਂ ਫਿਰ ਉਹਦਾ ਰਹਿਣ ਦਿੰਦੇ ਦਲੀਏ ਬਣਾ ਲਾਂਦੇ ਕੋਈ ਨਹੀਂ ਪੁੱਤ ਚੌਲ ਵੀ ਬਹੁਤ ਵਧੀਆ ਬਣੇ ਸੀ ਸਵਾਦ ਹੁਣ ਤੂੰ ਥੋੜਾ ਜਿਹਾ ਦਲੀਆ ਬਣਾ ਲੈ 4 ਕਦਾਖਾਂ ਜਿਵੇਂ ਉਹ ਕੋਈ ਪਾ ਲਈ ਵਧੀਆ ਜਿਹਾ ਮਿੱਠਾ ਪਾ ਲਈ
हाय रब्बा की करा मां बुढ़ी दा, इन तो मेरा जोना हराम कर पे है। हूँ तो बर्दाश्त तो बहर हो पी है गल। मेरी गल सुन, मेरे तो हूँ हथ खड़े हो गए, मेरे तो मासी होर नहीं चली जाती, किसे हिसाब ना इतों आप तोर गई। मैं तो आप दुखी होया पे यार, मेरी तो जेब खाली हुई पी है, मैंने तो समझ नहीं आती यार कि स्कीम इतों क्ढीए। तू ए कर, ये मुंडे कर सूबे फोन भी इन सद लो पाई आपके को, साडा तो बथेरा लहू पी लिया। मैं कह दें यार कोई होर स्कीम सोचनी पी। चल चुप कर, हवा वलाई ठंडी चलती है, जिदा मीह पिया है कि छड के आ गए खेत च, कर किन्ना सोहना तो है। नहीं मैं इतों भैने रहा नहीं जाता, उत्थे नाल तो सिवे ने, उत्थे तो भैने रात नूं आवाजां आउंदियां सी। मैं तो सरबी दे सूबे नूं जोर पा के कहा भाई मैं तो नहीं इत्थे रहिंदी, मैनूं तो भैने भूतां प्रेतां तो वाल ही डर लगता है। मैं तो आखा चल भाई छड के चलीए इत्थों। लै तां की हुंदा सी भैने, तुसीं कहड़ा कल्ले सी उत्थे, होर भी पांच सत्त घर हैगे ने। नहीं हैगे तां हैगे सी भैने, वह भी सारे भज्जण नूं तैयार सी, हुण साडे मगरों शामी महिंदर के भज्ज के आ ही गए काले होर ही। अच्छा भूतां है ते बड़े सच्चे उत्थे। पता नहीं भैने होणगियां ही, रात नूं तां इन्नियां डरावणियां आवाजां आउंदियां सी। कई बार भैने किसे जानवर दियां आवाजां हुंदियां ने। ना ना जानवरां दियां नहीं हैगियां सी भैने। अच्छा अच्छा अच्छा, मासी नूं भूतां तों बहुत डर लगदा है। हाँ इह स्कीम वधिया रहू। हाँ इस स्कीम नाल निकलो इत्थों, इह हुण तां इहदा की पता महीना ना जावे इत्थों। गल तां ठीक है बे, मैं तो ऐ कहनी आ कोई होर ही ना पंगा खड़ा हो जाए। कोई पंगा नहीं खड़ा हुंदा बेबे। पंगा कादा खड़ा हो बेबे, कुछ नहीं हुंदा। तू ऐ करी बस, तू हामी भरी जाई बस। हां हैं चल ठीक है। हां हुण की करदी है? नहाउंदी है। अच्छा नहाई है? हां ठीक है। अनाके हुण फिर ऑर्डर आ दूंगी भी बना दो। आ गां थोड़ी बनाई पा गाली है। हां पानी मूरे लत कटदी है। हां लतन साड़ के। हां लतन साड़ के मैंदी है बेबे। हां अज फिर ओही काम हो गया। केड़ा पुत्ता? सुपार अज फिर ओमी होगी। बूमा मर जा सच्ची बे। होर बे की हो गया? मासी सुपाल चोपरी जी का सर आ जांदी ना कदे कदे, हुन फिर आ गई। बे ओपरी का सर बे कीदी ही कीदी बे? की पता हुन कीदी है मासी, भूत आ जांदा ओदे च। कोले खड़ के पाठ कर दिया मैं ते बेबे, फिर हौली हौली ठीक हुंदी हैगी। आ जा बेबे करिए पाठ। बूमा मर जा। आ जा भैने कर ली माड़ा जे पाठ। ना भैने मैं नहीं जांदी, ना मैं नहीं जांदी हैगी। आ गए तुसी कुत्ते, मैं सारा खून पी जूंगी। चल बेबे वाहेगुरु वाहेगुरु करना कि मसी। वाहेगुरु 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 करी जाने। वाहेगुरु वाहेगुरु की हो गया वाहेगुरु? सुपाल तेनू ओही शिकायत जी फिर हो गई थी। केड़ी शिकायत? हाय फिर भूत आ गई थी मेरे च। हाय मैं मर जा, मेरा तो रोग दिन पर दिन बढ़ी जाता है। होर हुण तो तीन चार दिन मसां टपदे ने ओदी भूत आ जांदा तेरे च। आ जा मासी बैठ जा मेरे कोले। ना 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 पुत्त मैं आ जा भैणी, उत्थे आ जा, उत्थे आ जा भैणी, आप उत्थे बैठा नहीं। बैठ जा मेरे कोले। ना ना पुत्त आ जा भैणी, आ जा, आ जा उत्थे, आ जा उत्थे बैठी, आ जा। हो जाती है ले भैने, मैं तो हूँ जावा, मैंने तो हूँ बाले दिन हो गए आई। ना मासी ले, मासी नहीं तेन ऐ जान देंदे, इस तरह रखा तेन। ना पुत हूँ तो मैं जाऊ, दिन बहुत हो गए ना पुत। ले दिन केड़े हो गए मासी, ले
ऐ ना कर तू, तेरे नाल तो सानू हौसला जिहा रहिंदा, सानू तो आख डर लगता रहिंदा, पता नहीं सुपाल कदों ऐ जे हो जे। होर भैने सहारा तेरा। मैं तो आप डरदी हाँ पुत, किसी स्याने सप्पे नूं नहीं दिखाया सुखपाल नूं। दिखाया मासी, कईआं नूं दिखाता, साला कोई इलाज ही नहीं करता चज नाल, पैसे लेके तुरदे बनदे आ। बस इन्नी क गल जरूर कहिंदे ने वी इह कसर तुहाडा नुकसान कर सकदी है। भूमा मरजां सच्ची भैने। होर भैने डर डर के दिन कट्टी जाने। भूमा मरजां तुसीं मैनूं क्यों नहीं पहलां दस्सिया भैने? तेरे दस्सण नाल किहड़ा भैने ठीक हो जांदी इह? तू आरती नाल करी नहीं भैने गल? ना भैने करी रही। क्यों नहीं करी? ऊई नहीं, बस फोन नहीं लाया, मैं चल देख दें पासा। लै जे तो तू मैस बेचनी है तां तां आरती नाल गल कर, हुण तो दो पैसे बद भी दे दूगा। चल देख दें फिर कर दें गल, कह देंगे केरा देखी जाएगी। ठीक है। नहीं भैने सुखपाल च तो फिर आ गई ओपरी कसर, बूह मैं मरजा, मैं की करा। हाए अज तो जस्सा भी नहीं हैगा घरें। मुनी भैने धारी चक्की आँदी है। हाए 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 आ गई, हाए हाए तो आ गई, हाए बचाओ, हाए आ गई, हाए मैं बचाओ, हाए भैन तो बेचारी रह गई कली, हाए चल मैं तो आपका मास बचाव, हाए कली रह गई वो तो। कहदा नहीं तुसी भी की करिए बेबे, तंग वाले कर छेड़े दी। की हो गया बेबे, ऐ भज्जी आउनी है? भूत मेरे मगर तां भूत पै गई, सुखपाल च भूत आउंदी है। की हो गया बेबे, हैं की हो गया? पुछना बे, सुखपाल च भूत आउंदी है जस्से दे घर वाली च। बे मैनूं तां पता ही नहीं थी, अज तां मेरे मगर पै गई आरी लैके। हाँ, कमाल हो गई ते होर, मैं तो आप हैरान हां, सुखपाल च भूत आउंदी है? हां भूत आउंदी है ते होर, उस तो उपरी कसर आउंदी है, मैनूं तां पता ही नहीं थी इन्ने दिनां दा, मैनूं तां कल परसों दी पता लग्गे, मैं तां मार ही देनी थी अज। हाय मैं तां मसां जान बचा के आई हां। हाय कमाल हो गई, जत्थे दी बहू च कि मैनूं भूत आउण लग गई। नहीं मैनूं की पता किवें आउण लग गई, मैं कहड़ा भूत नूं पुछ के आई हां, मैनूं तां मारन पै गई अज उह, मैं तां मसां जान बचा के आई हां। हाय अच्छा बेबे सच्ची गल है? लै होर झूठी गल है? लै मैनूं तां हैरानी होई जांदी सुखपाल वाली गल सुन के। होर भाभी मैं तां आप हैरान हां। अच्छा बेबे तेरी मांगर पै गई सी उह? ते होर बे मैं तां स्यापा पा लिया थी उत्थे जाके, मैनूं तां ऐ थी 10-15 दिन मैं उत्थे लाया आऊंगी, इन्ने फिर पिंड वग जाऊंगी, मैं कहा अपने घर दा खर्चा बचूगा, मैनूं की पता थी। चल तू तां चंगी सोचे थी बेबे, मैं तां आप गुरुद्वारे खा के आना, दो टाइम दी रोटी नाले भाभी वास्ते बना लिया सी, घर दा खर्चा जिन्ना घटाया जावे घटाउण च ही फायदा है। ते होर असीं तां आप बहुत कंजूसी नाल चलिया तेरे मगरों, पर आ नवीं चक्कर सुन लिया तेरे मूहों। ते होर मैं तां कहना सुखपाल मासी नूं भजा तां दित्ता तुसीं, हुण उहदा माड़ा जिहा पता तां लै लईए फोन करके, इन्ने नाल अगले नूं हो जूगा वी फिकर तां करदे ने। हाँ सही गल है सोडी, कर लो फोन सूबे नूं। होर कर ले। अजी तो मैं कहना इन्ने नाल अगले नूं आए हो जांदे। हाँ हाँ होर कर ले। हैलो सूबे। हाँ हाँ ठीक है जस्से। मैं तां कहिंदी मासी उरों भज गई यार, तुहाडे कोले तां नहीं आई? हाँ आई आ, हुणी आई आ घरें। इह कहिंदी सुखपाल भाबी च भूत आउंदी है, अग्गे मेरे मगर पैगी। ना ना मगर तां कहनूं पई है, उह सुखपाल च उपरी कसर आ जांदी है ना, मैं तां आप वाला तंग आ यार, होर औखा हो रहा सानू भी। चल कोई ना, कोई गल नहीं, तू इलाज लूज करा भाभी दा। ठीक है भाई ठीक है। की कहिंदा? कहिंदा सुखपाल मगर पै गई थी ना, कहिंदा बेबे दे उहदे च भूत आउंदी है ना। बस हुण नहीं सारी उम्र मासी अपने घर कनी झाकदी। सही गल है।
ਹੋਰ ਕੁੜੇ ਉਹਨੇ ਤਾਂ ਜਮੀ ਹੱਦ ਹੀ ਕਰਤੀ ਬੇਸ਼ਰਮੀ ਵਾਲੀ ਉਹਨੇ ਤਾਂ ਜਮੀ ਨਹੀਂ ਸ਼ਰਮ ਮੰਨੀ ਵਾੜੀ ਮੋਟੀ ਵੀ ਭੈਣ ਦਾ ਘਰ ਲੁੱਟਣ ਨੂੰ ਕਰ ਲਿਆ ਹੋਰ ਚੱਲ ਚੰਗੀ ਬਣ ਗਈ ਉਹਨਾਂ ਤਾਂ ਹੁਣ ਤਾਂ ਇਹਦੀ ਮੈਨੂੰ ਵੱਢੂਗੀ ਉਹ ਕਹਿੰਦਾ ਹਾਂ ਉੱਪਰੀ ਕਸਰ ਆਉਂਦੀ ਹੈ ਸੁਖਪਾਲ ਚ ਕਹਿੰਦਾ ਮੈਂ ਤਾਂ ਬਹੁਤ ਔਖਾ ਹੋ ਰਿਹਾ ਫਿਰ ਤਾਂ ਬਾਲੀ ਵਿਪਤਾ ਚ ਨੇ ਉਹ ਹੋਰ ਭਾਬੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਆਖਰ ਮਾਸੀ ਵੀ ਪਰਿਵਾਰ ਆਪਣਾ ਮੈਂ ਤਾਂ ਕਹਿੰਦੀ ਥੋੜੇ ਦਿਨ ਲਾ ਕੇ ਆਈ ਆ ਪਰ ਉਹਨਾਂ ਕੋਲੇ ਨਾਲੇ ਆਪਣਾ ਖਰਚਾ ਬਚ ਜੂਗਾ ਹਨਾ ਸੁਬੇ ਸਹੀ ਗੱਲ ਹੈ ਆਪਾਂ ਚੱਲੀਏ ਫਿਰ ਉੱਥੇ ਸ਼ਰਮ ਤਾਂ ਨਹੀਂ ਆਉਂਦੀ ਮਰਨਾ ਉੱਥੇ ਜਾ ਕੇ ਭੂਤਾਂ ਦੇ ਖਰਚ ਮੈਂ ਮਸਾਂ ਜਾਨ ਬਚਾ ਕੇ ਆਈ ਆਂ ਇਹ ਬੇਸ਼ਰਮੋ ਮੈਂ ਤਾਂ ਉਹਨਾਂ ਦੇ ਪਿੰਡ ਕਨੀ ਚਾਖਦੀ ਵੀ ਨਹੀਂ ਤੁਸੀਂ ਉਹਨਾਂ ਦੇ ਘਰੇ ਜਾਣ ਨੂੰ ਫਿਰਦੇ ਹੋ ਓ ਹੋ ਬੇਬੇ ਠੀਕ ਹੈ ਵੀ ਭਾਬੀ ਚ ਉੱਪਰੀ ਕਸਰ ਆਉਂਦੀ ਹੈ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਉਹ ਆਪਾਂ ਨੂੰ ਖਾ ਜੂ ਆਪਾਂ ਸੈਂਸੀ ਨੂੰ ਕਹਿ ਦਿੰਦੇ ਹਾਂ ਆਪਣੇ ਘਰ ਦੀ ਰਾਖੀ ਰੱਖ ਲੂਗਾ ਆਪਾਂ ਵਗ ਚੱਲਦੇ ਹਾਂ ਉੱਥੇ ਨਾ ਨਾ ਭਾਈ ਮੈਂ ਤਾਂ ਨਹੀਂ ਜਾਂਦੀ ਓ ਬੇਬੇ ਕਿਉਂ ਡਰੀ ਜਾਂਦੀ ਹੈ ਤੂੰ ਅਸੀਂ ਤੇਰੇ ਨਾਲ ਹੈ ਜਦੋਂ ਬਹੁਤ ਵਧੀਆ ਮੌਕਾ ਹੈ 10 ਦਿਨ ਰੋਟੀਆਂ ਖਾਵਾਂਗੇ ਉੱਥੇ ਆਪਣਾ ਖਰਚਾ ਵੱਜ ਜੂ ਚੱਲ ਉੱਠ ਬੇਬੇ ਖੜੀ ਹੋ ਮੈਂ ਨਾ ਕੇ ਆਉਣੀ ਹੈ ਇਹਨੇ ਠੀਕ ਹੈ ਮੈਂ ਸੈਂਸੀ ਲੈ ਜਾ ਕੇ ਆਉਣਾ ਆਪਣੇ ਘਰ ਦੀ ਰਾਖੀ ਰੱਖ ਲੂਗਾ ਹਾਂ ਬੇ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਤੁਸੀਂ ਵਗ ਜਾਓ ਓਹੋ ਬੇਬੇ ਤੇਰਾ ਡਰ ਤਾਂ ਫਿਰ ਸਾਨੂੰ ਕੱਢਣਾ ਹੀ ਪਊਗਾ ਅਸੀਂ ਤੇਰੇ ਨਾਲ ਆ ਜਦੋਂ ਬੇਫਿਕਰ ਹੋ ਜਾ ਤੂੰ ਇਹ ਵਧੀਆ ਮੌਕਾ ਗਵਾਉਣਾ ਨਹੀਂ ਆਪਾਂ ਆਪਣਾ ਤੋਰੀ ਫੁਲਕਾ ਵਧੀਆ ਚੱਲੂ ਆਪਣੀ ਤਾਂ ਪਿਕਨਿਕ ਬਣ ਗਈ ਐ ਸਮਝ ਲਓ ਮੌਜ ਨਾਲ ਬੇਲੇ ਬੇ ਕੇ ਰੋਟੀਆਂ ਖਾਵਾਂਗੇ ਕੰਮ ਤਾਂ ਕਰਨ ਦੀ ਲੋੜ ਨਹੀਂ ਉਹੀ ਤਾਂ ਗੱਲ ਐ ਭਾਬੀ ਨਾਲੇ ਆਗਲੇ ਖੁਸ਼ ਆਖਣਗੇ ਸਾਡਾ ਵਕਤ ਕਟਾਉਣ ਆਏ ਨੇ ਸਾਡੇ ਨਾਲ ਖੜਦੇ ਨੇ ਨਾਲੇ ਬੇਲੇ ਰਹਾਂਗੇ ਆਰਾਮ ਨਾਲ ਕੰਮ ਕਰਨ ਨੂੰ ਸੁਖਪਾਲ ਭਾਬੀ ਹੈਗੀ ਐ ਜੀ ਚ ਭੂਤ ਆਈ ਹੋਵੇ ਉਹ ਕਿਹੜਾ ਸਕਦੀ ਐ ਨਾਲੇ ਹੁਣ ਤਾਂ ਉੱਪਰੀ ਕਸਰੀ ਭਜਾਈ ਫਿਰਦੀ ਰਹਿੰਦੀ ਐ ਨਾਲੇ ਮਿੱਠਾ ਕਿੱਠਾ ਵਾਧੂ ਬਣਾਉਂਦੀ ਹੁੰਦੀ ਆ ਉੱਪਰੀ ਕਸਰ ਤਾਂ ਮੰਗਦੀ ਹੁੰਦੀ ਆਪਾਂ ਉਹ ਖਾਇਆ ਕਰਾਂਗੇ ਚੱਲੋ ਚੱਲੋ ਬੇਬੇ ਤੂੰ ਡਰੀ ਜਾਂਦੀ ਹੈ ਚੱਲ ਬੇਬੇ ਮੈਂ ਤਾਂ ਨਾ ਕੇ ਆਉਣੀ ਆਂਗੀ ਮੈਂ ਸੈਂਸੀ ਨੂੰ ਕਹਿ ਕੇ ਆਉਣਾ ਬੇਬੇ ਘਰ ਸਾਂਭ ਲੂਗਾ ਆਪਣਾ ਲੈ ਬੇਬੇ ਮੈਂ ਤਾਂ ਇਹ 'ਚ ਪਾ ਲਏ ਕੱਪੜੇ ਤੇਰੇ ਕੱਪੜੇ ਤਾਂ ਉੱਥੇ ਨੇ ਨਾ ਉੱਥੇ ਨੇ ਮੇਰੇ ਕੱਪੜੇ ਤਾਂ ਮੈਂ ਕੱਪੜੇ ਕਿੱਥੋਂ ਚੱਕ ਲਏ ਮੈਂ ਤਾਂ ਜਾਨ ਬਚਾ ਕੇ ਭੱਜੀ ਆਂ ਭਾਬੀ ਮੇਰੇ ਕੱਪੜੇ ਪੈ ਜਾਣਗੇ ਚ ਇਹ ਚ ਨਹੀਂ ਪੈਂਦੇ ਸੁਬਿਆ ਤੂੰ ਬੈਗ ਚੱਕ ਲੈ ਆਪਦਾ ਇਹ ਚ ਤਾਂ ਮੇਰੇ ਤਾਂ ਝੋਲਾ ਭਰਿਆ ਪਿਆ ਠੀਕ ਆ ਬੇ ਸੈਂਸੀ ਨੂੰ ਕਿਹਾ ਵੀ ਆਪਣੇ ਘਰੇ ਪੈ ਜਾ ਕਰੂਗਾ ਹਾਂ ਕਿਹਾ ਬੇਬੇ ਚੱਲ ਫਿਰ ਬਾਹਰ ਤਾਂ ਲਾ ਦੇ ਸੁਬਿਆ ਬਾਹਰ ਲਾ ਮੈਂ ਉਹ ਲਾਉਣੀ ਆ ਚੱਲ ਹੋ ਜਾ ਖੜੀ ਬੇਬੇ ਆ ਜਾ ਬੇ ਆਉਣੀ ਆ ਚੱਲ ਵਗ ਚੱਲਦੇ ਆ ਆਏ ਆ ਜਾ ਇਹਨੇ ਬਸ ਲੰਘ ਜੂ ਹੋਰ ਸਵਾਰ ਕੇ ਕਿਹਾ ਹੁੰਦਾ ਸੈਂਸੀ ਨੂੰ ਨਾ ਨਾ ਕੋਈ ਨਹੀਂ ਕਹਿਤਾ ਹੁਣ ਤਾਂ ਜਿੱਦਾਂ ਲਾ ਦੇ ਲਾਉਣਾ ਲਾਉਣਾ ਤੇ ਲਾਉਣਾ ਗੌਰ ਨਾਲ ਲਾ ਦੀ ਸੁਬੇ ਬਸ ਆ ਗਈ ਆ ਜਾ ਹੁਣ ਜਰਕ ਦੇਣੇ ਚੰਗਾ ਸੁਭਾਲ ਮੈਂ ਤੇ ਜਾਣਾ ਖੇਤ ਯਾਰ ਚਲ ਵਗ ਜੋ ਐ ਕਰਿਓ ਕਰੇਲੇ ਹੈਗੇ ਨੇ ਖੇਤ ਹਾਂ ਕਰੇਲੇ ਤੋੜ ਲੈ ਮੈਂ ਮੂੰਗੀ ਦਾਲ ਕਰ ਲਾਂਗੇ ਜੇ ਐਂ ਕਰ ਲਈ ਹੋਰ ਕੱਲੀ ਤਾਂ ਸਵਾਦ ਲੱਗਦੀ ਕਰੇਲੇ ਨਾਲ ਖਾ ਲਾਂਗੇ ਠੀਕ ਹੈ ਕਰੇਲੇ ਸਵਾਦ ਲੱਗਣਗੇ ਹੂੰ ਕਰੇਲੇ ਖਾਦੇ ਨਹੀਂ ਜਾਂਦੇ ਕੱਲੇ ਲੈ ਆ ਕਰ ਲੈ ਖਾਸੇ ਦਿਨ ਹੋ ਗਏ ਮੂੰਗੀ ਧਰੀਓ ਨਹੀਂ ਹੈਗੀ ਸੁਬੇ ਕੀ ਗੱਲ ਹੋ ਗਈ ਹੁਣ ਤਾਂ ਕੀ ਹੈ ਅਸੀਂ ਤਾਂ ਤੇਰੀ ਮਦਦ ਕਰਨ ਆਇਆ ਪਤੰਦਰਾ ਐਂ ਥੋੜ੍ਹੀ ਜੇ ਤੇਰੀ ਤਾਂ ਵਿਪਤਾ ਪਈ ਹੈ ਵੀ ਅਸੀਂ ਤੇਰਾ ਸਾਥ ਛੱਡ ਜਾਵਾਂਗੇ ਮਾਸੀਆਂ ਦੇ ਪੁੱਤ ਕਿਤੇ ਧਰੇ ਪਏ ਨੇ ਬਾਕੀ ਜਦੋਂ ਮਾਸੀ ਨਹੀਂ ਕਿਸੇ ਗੱਲੋਂ ਸਾਥੋਂ ਭੱਜਦੀ ਅਸੀਂ ਕਿਵੇਂ ਭੱਜ ਜਾਵਾਂਗੇ ਭਲਾ ਹੋਰ ਭਾਈ ਜਿੰਨਾ ਚਿਰ ਨਾ ਸੁਖਪਾਲ ਚੋਂ ਹੁਣ ਉੱਪਰੀ ਕਸਰ ਨਿਕਲਦੀ ਨਹੀਂ ਅਸੀਂ ਨਹੀਂ ਇੱਥੋਂ ਹਲਦੇ ਅਸੀਂ ਤਾਂ ਤੇਰਾ ਸਾਥ ਦੇਵਾਂਗੇ ਪੂਰਾ ਆ ਜਾਓ
आ किधर चक्की आंदा मासी के साइड पर नाल सासी का मासी बैजो मेरे बेबे तेनू फिक्र करन दी लोड़ नहीं सुखपाल हो जूगा सारा कुछ ठीक की ठीक हो जूगा ये तो ऐ कहंदी है भाभी ता जिहड़ी तेनू बीमारी जी नहीं हैगी भी वह ठीक हो जूगी अच्छा हाँ वो तो हैगी है मैंने बीमारी जी कोई गल नहीं भाभी जिन्ना चर तू जमा ठीक नहीं होंगी असं इत रहेंगे तिर लवे चाहे सू महीना लग जाए सही गल है जे आप एक दूजे के कम नहीं आवेंगे फिर होर की करा रिश्तेदार तो जा सुखपाल पानी ले दे ले नहीं है तेनू कम दा फिक्र लग्या पिया यार मैनू तन दा भी फिक्र है मासी नहीं लोट आउंदी दीगी कदे अंब लिया दे कदे सेब लिया दे लाज तो बहुत दूरों दूरों करा लिया सूबे छड़े नहीं कितों लाज फिर बाकी बीमारी हो लाज बने यदा कासर है उपरी कासर का कहदा इलाज होंगे ये तो आप कह दें जमें बीमारी बधी जाती है तो उपरी कासर बधी तुरी जाती है जस्से पुत तू क्यों इं गल कर दें क्यों मैं अटैक कराने तैं ले मासी पहला तो हूँ ऐसी हमला नहीं करती थी हूँ तो हमला भी कर लग गई उदे तेरे ते हमले कर लगी थी जिते भजी है तू पुत मैं तो फिर जानी जानी हाँ मैं तो बह जा बेबे क्यों घबराई नहीं तू कुछ नहीं कहनी भाभी अपन बह जा और कई बार हूँ तो चाकू लेके ही पेगी मेरे दिमाग रे है मैं तो जान का खतरा है ही है तुसी क्यों जान खतरे च पानी थी कोई गल नहीं भीर जी तुसी क्यों टेंशन लेने हो सानू सुखपाल ने कुछ नहीं कहना है ना सुखपाल हाँ ना ना पूत राणी मैनू ना कुछ कह ना सुखपाल पुत मैनू तो धक्के लिया ने मैं नहीं आती थी मैनू ना कुछ कह ना ना मासी मैं तेन की कहना तू मैं तो ऊँ डरी जानी है उही तो गल है बेबे ऊँ डरी जानी तू तो कोई ना सानू कह दू भाभी कुछ कहना है ना ना भाई तू कई गल कर दे मैं सानू की कहना मैं तो किसी ने भी कुछ नहीं कहना कह बेबे ये मासी ने तो मैंने दुखी करया पे ना उन्होंने भी चकरे मूँह चाके मेरा तो ऐ जी करता है चलाको मासी ना गग उठा दे के मारी देव यही कम करना पव मैं मासी 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 नू किने मारता
हाँ जी, सत श्री अकाल, सलाम आदाब, नमस्कार। तुसी जुड़े हो पेंडू विरसा दे नाल। हुण वारी है तुहाडी कमेंट करन वालिआं दी। हरभजन जीत कौर फरीदकोट, रीमा शर्मा मलोह, जसबीर कौर जलाल, नीलम सिंह बोहा, गुरमीत सिंह डरोली, बलबीर कौर चंडीगढ़, रजिंदर कौर गिल बरनला, जैसमीन जपलीन ते मनराज रंगेड़ा खुरद, कोमलप्रीत कौर पिंड बरनला, जस चाहल कुठाला, गुरमीत मोगा, लाल सिंह सिद्धू बढ़लाडा, राजनदीप कौर तलवंडी भाई, गगनदीप सिंह धालीवाल, जसबीर चंडीगढ़, चरणजीत सिंह गुरदत्तापुर गंडेवाल, अमनदीप मुक्सर साहब, तेजवीर सिंह अजनला, रोस मैरी जलंधर, सुखविंदर सिंह मरेलकोटला, रविंदर कौर बोपा राय, पूजा राय जलंधर, अमनजोत सेखों संगरूर, मनकरण सिंह धालीवाल धौला बरनला। शुक्रिया जी, मेहरबानी जिहड़ा तुसीं एप्रीशिएट कर रहे हो। वीडियो वधिया लगी तां शेयर जरूर करियो। मेहरबानी जी, रब राखा।